ਸ਼ੋਅ ਬਾਰੇ ਦੱਸੋ ਕਿ ਕਿੱਦਾਂ ਦਾ ਸ਼ੋਅ ਹੈ। ਸਾਡਾ ਸ਼ੋਅ ਤੂੰ ਪਤੰਗ ਮੈਂ ਡੋਰਸੀ ਪੰਜਾਬੀ 'ਤੇ ਰੋਜ਼ ਮੰਡੇ ਟੂ ਫਰਾਈਡੇ ਰਾਤੀ 8 ਵਜੇ ਆਉਂਦਾ। ਇਹ ਇੱਕ ਪੰਜਾਬ ਦਾ ਮੁੰਡਾ ਅਤੇ ਲਾਹੌਰ ਦੀ ਕੁੜੀ ਦੀ ਲਵ ਸਟੋਰੀ ਆ, ਅਤੇ ਕਿੱਦਾਂ ਉਹਨਾਂ ਦਾ ਪਿਆਰ ਸ਼ੁਰੂ ਹੁੰਦਾ। ਉਹਨਾਂ ਦੇ ਤਾਏ ਦਾ ਇੱਕ ਪਾਰਟੀਸ਼ਨ ਤੋਂ ਪਹਿਲਾਂ ਪਿਆਰ ਵਿਛੜ ਗਿਆ ਸੀ, ਅਤੇ ਉਹ ਤਾਏ ਦੇ ਦੁੱਖ ਨੂੰ ਵੇਖ ਕੇ ਉਹ ਕੋਸ਼ਿਸ਼ ਕਰਦਾ ਕਿ ਮੈਂ ਕੁਛ ਕਰਾਂ, ਅਤੇ ਉਹ ਪਤੰਗ ਉਡਾਉਂਦਾ ਤਾਂ ਕਿ ਉਹ ਪਾਕਿਸਤਾਨ ਸ਼ਾਇਦ ਉਹਨੂੰ ਲੱਭ ਸਕੇ ਜੋ ਤਾਏ ਦਾ ਪੁਰਾਣਾ ਪਿਆਰ ਸੀ ਪਾਰਟੀਸ਼ਨ ਤੋਂ ਪਹਿਲਾਂ। ਅਤੇ ਉਹ ਪਤੰਗ ਜਾ ਕੇ ਜ਼ਰੀਨਾ ਨੂੰ ਮਿਲਦੀ ਹੈ, ਅਤੇ ਸਾਡੀ ਇੱਦਾਂ ਗੱਲਬਾਤ ਸ਼ੁਰੂ ਹੁੰਦੀ ਹੈ। ਬਾਕੀ ਤੁਹਾਨੂੰ ਸ਼ੋਅ ਦੇਖਣਾ ਪਏਗਾ, ਇੰਨਾ ਕੁਛ ਆਪਾਂ ਦੱਸ ਨਹੀਂ ਸਕਦੇ। ਸ਼ੋਅ ਦੇਖੋਗੇ ਅਤੇ ਤੁਹਾਨੂੰ ਪਤਾ ਲੱਗੇਗਾ ਅੱਗੇ ਕਿੱਦਾਂ ਮਿਲਦੇ ਆ ਕਿ ਨਹੀਂ ਮਿਲਦੇ, ਇਹ ਤੁਹਾਡੇ ਲਈ ਸਸਪੈਂਸ। ਜ਼ਰੀਨਾ, ਤੁਹਾਡਾ ਐਕਸਪੀਰੀਅੰਸ ਕਿੱਦਾਂ ਰਿਹਾ? ਬਹੁਤ ਵਧੀਆ ਐਕਸਪੀਰੀਅੰਸ ਰਿਹਾ। ਮੈਂ ਇਹਦੇ ਵਿੱਚ ਜੋ ਮੈਂ ਕਿਰਦਾਰ ਨਿਭਾ ਰਹੀ ਹਾਂ, ਇੱਕ ਕਲਚਰਲ ਦੇ ਨਾਲ ਰਿਲੇਟਡ ਹੈਗਾ। ਇੱਕ ਰਿਸ਼ਤਿਆਂ ਦੀ ਅਹਿਮੀਅਤ ਪਤਾ ਲੱਗੂਗੀ ਇਸ ਰਿਸ਼ਤਾ ਜਦੋਂ ਸੀਰੀਅਲ ਦੇਖੋਗੇ, ਕਿ ਇੱਦਾਂ ਹਰ ਇੱਕ ਰਿਸ਼ਤੇ ਦੀ ਆਪਣੀ ਆਪਣੀ ਵੈਲਿਊ ਹੈਗੀ ਆ। ਇੱਕ ਬੋਲਣ ਦਾ ਲਿਹਾਜ਼ਾ, ਬੇਸਿਕਲੀ ਮੈਂ ਪਾਕਿਸਤਾਨ ਨੂੰ ਪ੍ਰਮੋਟ ਕਰ ਰਹੀ ਹਾਂ ਇਹਦੇ ਵਿੱਚ, ਲਾਹੌਰ ਨੂੰ, ਕਿ ਉਹਨਾਂ ਦਾ ਬੋਲੀ ਦਾ ਲਿਹਾਜ਼ਾ, ਕਲਚਰ, ਰਿਸ਼ਤਿਆਂ ਦੀ ਅਹਿਮੀਅਤ ਕਿੱਦਾਂ ਹੈ। ਪਾਕਿਸਤਾਨ ਕੀ ਬਾਤ ਕਰੇ ਤੋ ਲੈਂਗੁਏਜ ਥੋੜੀ ਅਲੱਗ ਆ ਜਾਂਦੀ ਹੈ, ਤੋ ਉਸਕੋ ਸਿੱਖਣਾ ਪੜਾ ਕੈਸੀ ਕਿ? ਹਾਂ, ਮੇਰੇ ਜਦੋਂ ਮੈਂ ਸਟਾਰਟ ਕੀਤਾ ਸੀ ਨਾ, ਇਹਦੇ 6 ਮਹੀਨੇ ਮੈਂ ਆਪਣੇ ਆਪ 'ਤੇ ਕਵਰ ਅਪ ਕੀਤਾ, ਕਿਉਂਕਿ ਇਹਦੇ ਲੈਂਗੁਏਜ 'ਚ ਬਹੁਤ ਡਿਫਰੈਂਸ ਸੀ। ਆਪਾਂ ਨੋਰਮਲ ਗੱਲ ਕਰ ਰਹੇ ਹਾਂ, ਇੱਥੇ ਹਰ ਇੱਕ ਅਸਾਂ ਤੁਸਾਂ ਡਏ ਸੀ, ਮੇਰੇ ਲਈ ਥੋੜ੍ਹਾ ਟਫ ਸੀ। ਪਰ ਮੈਂ ਜਿੱਦਾਂ ਬਾਰਡਰ ਦੇ ਏਰੀਏ ਦੇ ਕੋਲ ਰਹਿੰਦੀ ਤਰਨ ਤਾਰਨ ਸਾਹਿਬ, ਕਵਰ ਅਪ ਕਰਿਆ, ਮੈਂ ਆਪਣੇ ਆਪ ਨੂੰ, ਆਪਣਾ ਜਿਹੜਾ ਡਰੈਸਿੰਗ ਸੈਂਸ ਸੀ ਉਹਨੂੰ ਚੇਂਜ ਕੀਤਾ, ਬੁਰਕਾ ਪਾਉਣਾ ਸਟਾਰਟ ਕੀਤਾ ਸੀ। ਬਾਤ ਕਰੇ ਕਿ ਆਪਣੇ ਯਹਾਂ ਪੇ ਆਡੀਸ਼ਨ ਦੀਏ ਥੇ, ਆਪਨੇ ਬਤਾਇਆ ਕਿ 2 ਸਾਲ ਹੋ ਗਏ ਹੈਂ ਆਪਕੋ ਇੰਡਸਟਰੀ ਮੇਂ, ਤੋ ਕਿਸ ਤਰ੍ਹਾਂ ਸੇ ਆਪਨੇ ਯਹਾਂ ਆਡੀਸ਼ਨ ਦੀਏ, ਕਿਸ ਤਰ੍ਹਾਂ ਸਾ ਕੀ ਜਾਨੀ? ਮੈਂ ਪੰਜਾਬੀ ਇੰਡਸਟਰੀ 'ਚ 2 ਸਾਲ ਤੋਂ, ਮੈਂ ਸ਼ਾਰਟ ਮੂਵੀ ਕੀਤੀ ਹੋਈ ਆਲਰੇਡੀ, ਅਤੇ ਟਿਕਟੋਕ 'ਤੇ ਮੈਂ ਮੁਸਲਿਮ ਕਰੈਕਟਰ ਦੇ ਵਿੱਚ ਵੀਡੀਓ ਪਾਈ ਸੀ ਉਹਦਾ, ਦੈਨ ਫਿਰ ਸਿਲੈਕਸ਼ਨ ਹੋਈ। ਡਾਇਰੈਕਟ ਹੀ ਆਪਕੋ ਕਾਲ ਕੀਆ ਔਰ ਆਪਕੀ ਸਿਲੈਕਸ਼ਨ ਹੋਈ? ਹਾਂ। पिछले 4-5 साल से बॉम्बे में काम करता हूँ। मैंने डिप्लोमा किया है एक्टिंग में श्रीराम सेंटर फॉर परफॉर्मिंग आर्ट्स से, और 4-5 साल से सीरियल्स वगैरह, एड्स वगैरह किए हैं मैंने 20-25। तो अभी सीरियल के लिए कॉल आया, तो फिर मैं अभी पंजाब शिफ्ट हुआ। बेसिकली पंजाब तो ही हाँ, जलंधर तो हाँ। तो जो मैं मौका मिला कि मैं अपने पंजाब से शूट करना है, तो मैं मिनट भी नहीं लाया सोचने के कारण। स्टोरी साड़ी सब तो ही वधिया, मैं तो अपनी स्टोरी बहुत ज़्यादा फेवरेट है, ਸਾਰਿਆਂ ਦੀ ਫੇਵਰੇਟ ਆ, ਤੇ ਮੇਰੀ ਆਪਣੀ ਵੀ ਫੇਵਰੇਟ ਆ, ਤੇ ਇਸ ਕਰਕੇ ਮੈਂ ਹੁਣ ਪੰਜਾਬ 'ਚ ਕੰਮ ਕਰ ਰਿਹਾ। ਮੈਨੇ ਪੰਜਾਬੀ ਪ੍ਰੋਜੈਕਟ ਕੁਛ ਨਹੀਂ ਕੀਆ ਹੈ, ਮੈਨੇ ਇਹ ਮੇਰਾ, ਮੈਂ ਮਤਲਬ ਬਹੁਤ ਖੁਸ਼ਕਿਸਮਤ ਹੂੰ ਕਿ ਜੋ ਮੇਰਾ ਪਹਿਲਾ ਪੰਜਾਬੀ ਪ੍ਰੋਜੈਕਟ ਹੈ, ਉਹ ਇਤਨਾ ਬੜੀਆ ਸਟੋਰੀ, ਇਤਨੀ ਬੜੀਆ ਸਟੋਰੀ ਲਾਈਨ। ਆਈ ਥਿੰਕ ਐਜ਼ ਐਨ ਐਕਟਰ ਹਰ ਇੱਕ ਸਪਨਾ ਹੋਤਾ ਹੈ ਕਿ ਐਸਾ ਕੋਈ ਸਟੋਰੀ ਮਿਲੇ ਉਸਕੋ ਕਰਨੇ ਕੇ ਲੀਏ, ਤੋ ਮੇਰਾ ਫਸਟ ਪ੍ਰੋਜੈਕਟ ਹੈ ਪੰਜਾਬ ਮੇਂ। ਬਾਕੀ ਮੁੰਬਈ ਮੇਂ ਮੈਨੇ ਪ੍ਰੋਜੈਕਟਸ ਕੀਏ ਐਜ਼ ਏ ਪੰਜਾਬੀ ਲੜਕੇ ਕੇ ਕੈਰੇਕਟਰਸ ਕੀਏ ਹੈ, ਲੇਕਿਨ ਪੰਜਾਬ ਮੇਂ ਮੇਰਾ ਇਹ ਫਸਟ ਪ੍ਰੋਜੈਕਟ ਹੈ। ਐਂਡ ਆਮ ਵੈਰੀ ਪ੍ਰਾਊਡ ਕਿ ਆਮ ਐਸੋਸੀਏਟਿਡ ਵਿਦ ਜ਼ੀ ਪੰਜਾਬੀ, ਕਿਉਂਕਿ ਮੁੰਜੇ ਇਹ ਸ਼ੋਅ ਕਰਨੇ ਕਾ ਮੌਕਾ ਮਿਲਾ ਔਰ ਆਡੀਅੰਸ ਕਾ ਬਹੁਤ ਪਿਆਰ ਮਿਲ ਰਿਹਾ ਇਸ ਸ਼ੋਅ ਕੋ, ਕਿਉਂਕਿ ਇਹ ਇੱਕ ਬਹੁਤ ਨਾਜ਼ੁਕ ਸਾ ਟੋਪਿਕ ਹੈ, ਪੰਜਾਬ ਔਰ ਲਾਹੌਰ, ਮਤਲਬ ਇੰਡੀਆ ਐਂਡ ਪਾਕਿਸਤਾਨ। ਤੋ ਲੋਕ ਇਸਕੋ ਜ਼ਿਆਦਾ ਦੇਖਤੇ ਹੈ, ਜ਼ਿਆਦਾ ਫਰਕ ਵੀ ਨਹੀਂ ਹਮਾਰੇ ਕਲਚਰ ਮੇਂ, ਪੰਜਾਬ ਕਾ ਕਲਚਰ, ਇੰਡੀਆ ਕੇ ਪੰਜਾਬ ਕਾ ਕਲਚਰ, ਚੜ੍ਹਦੇ ਵੱਲ ਦਾ ਵੀ ਉਹੀ ਹੈ, ਲਹਿੰਦੇ ਵੱਲ ਦਾ ਵੀ ਉਹੀ ਹੈ, ਫਰਕ ਹੈ ਨਹੀਂ। ਪਰ ਆਪਾਂ ਜਿਹੜੀ ਸਾਨੂੰ ਸਰਹੱਦਾਂ ਨੇ ਵੰਡਿਆ ਨਾ, ਤੁਸੀਂ ਉਹ ਦੇਖਣ ਨੂੰ ਹੋਇਆ, ਸਰਹੱਦਾਂ ਦੇ ਨਾਲ ਜਦੋਂ ਪਿਆਰ ਹੋ ਜਾਂਦਾ ਨਾ, ਜੋ ਸਰਹੱਦਾਂ ਦੇ ਇੱਕ ਇੱਧਰ ਪਾਸੇ ਕੁੜੀ ਹੈ ਅਤੇ ਇੱਧਰ ਪਾਸੇ ਮੁੰਡਾ, ਅਤੇ ਉਹਨਾਂ ਨੇ ਤਾਂ ਕੀ ਬੀਤਦੀ ਆ, ਕਿੱਦਾਂ ਉਹਨਾਂ ਦੀ ਸਟੋਰੀ ਅੱਗੇ ਵੱਧਦੀ ਆ, ਤੁਹਾਨੂੰ ਸਾਰਿਆਂ ਨੂੰ ਉਹ ਦੇਖਣ ਨੂੰ ਮਿਲੇ। ਸੀ ਜੀ ਸੀ ਕਾਲਜ ਆਏ ਹੋ, ਅੱਜ ਬਸੰਤ ਪੰਚਮੀ ਵੀ ਹੈ, ਬਿਲਕੁਲ ਯੈਲੋ ਕਲਰ ਪਹਿਨਾ ਹੈ ਆਪਣੇ, ਤੋ ਯਹਾਂ ਕਿਆ ਕਰਨੇ ਵਾਲੇ ਹੋ? ਅਭੀ ਦੇਖਤੇ ਹੈ ਬਾਹਰ ਕਿਆ ਇਹਨਾਂ ਨੇ ਪਲਾਨ ਕੀਆ ਹੋਗਾ ਕਾਲਜ ਕੇ ਅਕੋਰਡਿੰਗ, ਦੈਨ ਇਫ ਵੀ ਗੈਟ ਅ ਚਾਂਸ ਦੈਨ ਡੈਫੀਨਿਟਲੀ ਵੀ ਆਰ ਗੋਇੰਗ ਫॉर ਡਾਂਸਿੰਗ। ਅਭੀ ਹਮ ਪਤੰਗਬਾਜ਼ੀ ਵੀ ਕਰਾਂਗੇ, ਪਤੰਗ ਉਡਾਏਂਗੇ ਆਪਾਂ, ਜਿਹੜਾ ਉਡਾਈਏ ਸੇ ਪਹਿਲੇ ਪਤੰਗ। ਹਾਂ, ਬਹੁਤ ਉਡਾਈ ਮੈਂ ਸ਼ੋਅ 'ਚ, ਮੈਂ ਹਰ ਤੀਜੇ ਚੌਥੇ ਸੀਨ 'ਚ ਪਤੰਗ ਉਡਾਉਂਦਾ, ਬਿਕੋਜ਼ ਮਾਈ ਜਿਹੜਾ ਮੇਰਾ ਕੈਰੈਕਟਰ ਅਮਨਦੀਪ ਸਿੰਘ ਆ, ਉਹਨੂੰ ਪਤੰਗਬਾਜ਼ੀ ਦਾ ਬਹੁਤ ਸ਼ੌਕ ਆ, ਅਤੇ ਉਹ ਪਤੰਗ ਦੇ ਨਾਲ ਹੀ ਸਾਡੀ ਸਟੋਰੀ ਸ਼ੁਰੂ ਹੁੰਦੀ ਹੈ, ਅਤੇ ਇਸ ਕਰਕੇ ਪਤੰਗਬਾਜ਼ੀ ਅਤੇ ਪਤੰਗ ਤਾਂ ਮੈਂ ਉਡਾਉਂਗਾ ਹੀ ਉਡਾਉਂਗਾ। ਮੈਨੂੰ ਉੱਦਾਂ ਵੀ ਬਹੁਤ ਸ਼ੌਕ ਆ। ਹਾਂ, ਹਾਈ, ਆਈ ਐਮ ਅਮਨਦੀਪ ਸਿੰਘ ਐਂਡ ਆਈ ਐਮ ਜ਼ਰੀਨਾ, ਤੇ ਪਲੀਜ਼ ਸਾਡਾ ਸ਼ੋਅ ਤੂੰ ਪਤੰਗ ਮੈਂ ਡੋਰ ਵੇਖੋ ਜੀ ਪੰਜਾਬੀ 'ਤੇ, ਤੇ ਸਬਸਕ੍ਰਾਈਬ ਕਰੋ ਵਿਜ਼ਨ ਨਿਊਜ਼।